ਰੇਲਵੇ ਸਟੇਸ਼ਨ ਤੇ ਤਿਰੰਗੇ ਦਾ ਅਪਮਾਨ ਫੜਿਆ ਤਿਰੰਗਾ ਦਰਾਂਦਾ ਰੇਲ ਸਟੇਸ਼ਨ ਤੇ ਇਹ ਆਵਾਜ਼ ਮੇਰੇ ਨਾਲ ਫਟ ਗਿਆ ਜਿਹਨੇ ਕਿ ਦੇਸ਼ ਭਗਤੀ ਸਾਡੇ ਲੋਕਾਂ ਚ ਬੱਜੀ ਸਾਨੂੰ ਪਤਾ ਹੀ ਹੈ ਕਿਉਂਕਿ ਮੋਦੀ ਦੇ ਰਾਜ ਵਿੱਚ ਜੋ ਕੋਈ ਉਹਨੇ ਕੀਤਾ ਦੇਸ਼ ਭਗਤੀ ਤਾਂ ਖਤਮ ਹੀ ਹੋ ਗਈ ਕਿਉਂਕਿ ਦੇਸ਼ ਦੇ ਬੱਲੇ ਉਹਨੇ ਛੱਡਿਆ ਹੀ ਕੱਖ ਨਹੀਂ ਇਸ ਜਗ੍ਹਾ ਤੇ ਜੇ ਕੇਸਰੀ ਨਿਸ਼ਾਨ ਸਾਹਿਬ ਆਵੇ ਜਿਹੜਾ ਸਾਰੇ ਮਨੁੱਖਾਂ ਪਾਲਾ ਲੋਚਦਾ ਸਾਰਾ ਰੁਜ਼ਗਾਰ ਵੀ ਦਿੰਦਾ ਲੰਗਰ ਵੀ ਛਕਾਉਂਦਾ ਉਹ ਜ਼ਿਆਦਾ ਬਿਹਤਰ ਹੈ ਤੇ ਸਰ ਕੁਦਰਤ ਨੇ ਵੀ ਉਹਨੂੰ ਨਹੀਂ ਸਿਫਾੜਨਾ ਕਿਸਾਨਾਂ ਦਾ ਧਰਨਾ ਵਾਤਾਵਰਨ ਦੀ ਸ਼ੁੱਧਤਾ ਲਈ ਇਕਜੁੱਟ ਹੋਣ ਦਾ ਹੋਕਾ ਕਿਸਾਨਾਂ ਸਭ ਤੋਂ ਮੂਰਖ ਹੋਣ ਤੁਸੀਂ ਉਹ ਤੁਸੀਂ ਮੋਦੀ ਦਾ ਕੱਖ ਨਹੀਂ ਵਿਗਾੜ ਸਕਦੇ ਸ਼ਿੰਦੀ ਦੇ ਸੁਨੇਹੇ ਪੈ ਜਾਂਦੇ ਤੋਂ ਛੇੜ ਕੇਸ ਦਰਜ ਸਿਆਣੀ ਗੱਲ ਏ ਜਾਰੀ ਕਰਨ ਸੀ ਛਾਪਣੇ ਮਾਮਲੇ ਚ ਪੰਜ ਨਾਮ ਦੋ ਸਿਆਣੀ ਗੱਲ ਏ ਮਾਣੂਗੇ ਵੱਲੋਂ ਜਗਰਾਉਣ ਲਈ 70 ਲੱਖ ਦੇ ਹੋਰ ਬਜਟਾਂ ਨੂੰ ਵਾਂਗੀ ਮਿਲਣ ਦਾ ਦਾਵਾ ਸਭ ਬਕਵਾਸ ਏ ਕਰਨਾ ਇਹਨਾਂ ਕੱਖ ਨਹੀਂ ਹੈਗਾ ਅੱਗੇ ਖਬਰ ਹੈ ਪੁਲਿਸ ਨੇ ਕਾਰੋਬਾਰੀ ਦੇ ਕਤਲ ਦੀ ਗੁੱਤੀ ਸੁਝਾਈ ਸ਼ੁਕਰ ਏ ਕੋਈ ਚਾਹੀਦਾ ਕੰਮ ਕੀਤਾ ਪੁਲਿਸ ਨੇ ਏ ਡੀ ਜੀ ਪੀ ਵੱਲੋਂ ਸ਼ਹਿਰ ਚੰਜੇ ਚੈਕਿੰਗ ਸਿਆਣੀ ਗੱਲ ਏ ਅੱਗੇ ਖਬਰ ਹੈ ਜੀ ਆਪ ਆਗੂ ਦੀ ਹਾਦਸੇ ਚ ਮੌਤ ਮਾੜੀ ਖਬਰ ਏ ਕਣਾਂ ਵਿਚੋਂ ਕੂੜਾ ਚੁੱਕਣ ਲਈ ਈ ਰਿਕਸ਼ਾ ਰਵਾਨਾ ਤੇ ਹਰੀਆਂ ਝੰਡੀਆਂ ਦੇ ਕੇ ਫੋਟੋ ਜਾਣ ਦਾ ਸ਼ੌਕ ਏ ਪਰ ਇਹਨਾਂ ਦੇ ਕੱਖ ਨਹੀਂ ਆਇਆ ਖੁਦਕੁਸ਼ੀ ਮਾਮਲਾ ਜਿਸ ਔਰਤ ਦੀ ਖੁਦਕੁਸ਼ੀ ਹੋਈ ਏ ਪੁਲਿਸ ਪੈਰ ਵੀ ਨਿਕਾਲ ਰਹੀ ਪੁਲਿਸ ਨੂੰ ਕੁੱਟੋ ਤੇ ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਜੋੜਾ ਜ਼ਖਮੀ ਬੜੀ ਮਾੜੀ ਖਬਰ ਏ ਮਾੜੇ ਅਨਸਰਾਂ ਦੀ ਪੁਸ਼ਤ ਬਣਾਈ ਵਾਲੀਆਂ ਸਰਕਾਰਾਂ ਗਈਆਂ ਚੀਨਾ ਸਭ ਗੁਆਸ ਕਰਦਾ ਹੈ ਇਹ ਆਪ ਹੀ ਘਟੀਆ ਲੋਕ ਨੇ ਜਿੰਨੀ ਆਮ ਆਦਮੀ ਪਾਰਟੀ ਘਟੀ ਹੈ ਕੋਈ ਪਾਰਟੀ ਘਟੀਆ ਨਹੀਂ ਹੈ।